ਅਰਸ਼ੀਕਾਲ ਤੁਸੀਂ ਵੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਮੇਰਾ ਨਾਮ ਹੈ ਮੋਹਿਤ ਰੂਬਲ ਪੰਜਾਬ ਮੇਲ ਖਬਰਾਂ ਚ ਤੁਹਾਡਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਦਿਆਂ ਚੋਣਵੀਂ ਖਬਰਾਂ ਦੇ ਨਾਲ ਹਾਥਰਸ ਘਟਨਾਖਲਾ ਵਾਲਵਿੱਤੀ ਸੰਗਠਨਾ ਦੇ ਪੰਜਾਬ ਦੇ ਸੱਦੇ ਨੂੰ ਪਰਵਾਹ ਹੰਗਾਰਾ ਪੌਣੇ 2 ਸਦੀਆਂ ਪਹਿਲਾਂ ਵਾਪਰੇ ਖੂਨੀ ਸਾਕੇ ਦੇ ਪਛਤਾਵਾ ਵਜੋਂ ਅਕਾਤ ਤੱਕਤ ਸਾਹ ਵਿਕੇ ਮਨਾਇਆ ਗਿਆ ਪਛਤਾਵਾ ਦਿਵਸ ਪੰਜਾਬੀ ਸਟੇਜਾਂ ਦੇ ਮਸ਼ਹੂਰ ਐਂਕਰ ਤੇ ਗਾਇਕ ਮਨਜੀਤ ਜੀਤੀ ਦਾ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ਨੇਹਾ ਕੱਕੜ ਬਣੇਗੀ ਪਟਿਆਲੇ ਦੀ ਨੂੰ ਗਾਇਕ ਰੋਹਨ ਤਰੀ ਨਾਲ ਵਿਆਹ ਦੀ ਸ਼ੁਰੂ ਹੋਈ ਚਰਚਾ ਪਿਛਲੀ ਦਿਨ ਪੂਰੀ ਸਪਲਾਈ ਨਾ ਮਿਲਣ ਉਤੇ ਕਿਸਾਨਾਂ ਨੇ ਬਿਜਲੀ ਦਫ਼ਤਰ ਨੂੰ ਲਾਇਆ ਤਾਲਾ ਸਾਫ ਦਾ ਫੌਜੀ ਨਾਲ ੱੱਕਾ ਮੁਕੀ ਕਰਕੇ ਖਿੱਚੀ ਪਗੜੀ ਮਮਤਾ ਸਰਕਾਰ ਦੇ ਫੁੱਟਿਆ ਹੁਸਾ ਰਾਹੁਲ ਦਾ ਮੋਦੀ ਉਤੇ ਤੰਜ ਜਵਾਨਾਂ ਲਈ ਨੌਨ ਬੁਲੇਟ ਗਰੂਪ ਤਰੱਕ ਅਤੇ ਪੀਐਮ ਲਈ ਮੈਂਗਾ ਜਹਾਜ ਪੇਸ਼ ਨੇ ਖਬਰਾਂ ਹੁਣ ਵਿਸਤਾਰ ਨਾਲ ਪਰਦੇਸ਼ ਦੇ ਹਾਥਰਸ ਵਿਕੇ ਇੱਕ ਲੜਕੀ ਨਾਲ ਹੋਏ ਜ਼ਬਰ ਜਨਾਹ ਅਤੇ ਹੱਤਿਆਵਾਂ ਦੇ ਦੋਸ਼ੀਆਂ ਨੂੰ ਸਜ਼ਾਵਾ ਦੇਉਣ ਦੀ ਮੰਗ ਨੂੰ ਲੈ ਕੇ ਰੋਸ ਵਜੋਂ ਦਲਿਤ ਸਮਾਜ ਵੱਲੋਂ ਅੱਜ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਤਹਿਤ ਪੰਜਾਬ ਦੇ ਕਈ ਵੱਡੇ ਸ਼ਹਿਰ ਬੰਦ ਰਹੇ ਜੰਡੇਾਲਾ ਗੁਰੂ ਵਿਖੇ ਵੀ ਭਗਵਾਨ ਵਾਲਮੀਕੀ ਸੰਘਰਸ਼ ਦਲ ਦੇ ਆਗੂ ਦਿਲਬਾਗ ਗਿਲ ਦੀ ਅਗਵਾਈ ਹੇਠ ਸਿਹਤ ਸੇਵਾਵਾਂ ਨੂੰ ਛੱਡ ਕੇ ਦੁਕਾਨਾਂ ਅਤੇ ਹੋਰ ਸਾਰੇ ਕਾਰੋਬਾਰ ਮੁਕੰਮਲ ਤੌਰ ਤੇ ਬੰਦ ਕਰਵਾਏ ਗਏ ਨੇ ਮੌਤ ਦੀ ਘਟਨਾ ਅਤੇ ਪੋਸਟ ਮੈਟ੍ਰਿਕ ਵਜੀਫਾ ਘਟਾਲੇ ਦੇ ਵਿਰੋਧ ਵਿੱਚ ਦਲਿਤ ਜਥੇਬੰਦੀਆਂ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਉੱਤੇ ਰਾਏਕੋਟ ਸ਼ਹਿਰ ਦੇ ਬਾਜ਼ਾਰ 12 ਵਜੇ ਤੱਕ ਮੁਕੰਮਲ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਸੀ ਇਸ ਦੌਰਾਨ ਦਲਿਤ ਭਾਈਚਾਰੇ ਵੱਲੋਂ ਸ਼ਹਿਰ ਦੇ ਤਲਵੰਡੀ ਗੇਟ ਸਾਹਮਣੇ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਹੋਰ ਇਨਸਾਫ਼ ਪਸੰਦ ਜਥੇਬੰਦੀਆਂ ਦੇ ਆਗੂ ਵੀ ਸ਼ਾਮਲ ਹੋਏ ਰੋਸ ਪ੍ਰਦਰਸ਼ਨ ਦੌਰਾਨ ਕਟਨਾ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾ ਦੇਣ ਦੀ ਮੰਗ ਨੂੰ ਲੈ ਕੇ ਕੇਂਦਰ ਅਤੇ ਯੂਪੀ ਸਰਕਾਰ ਵਿਰੁੱਧ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ 176 ਸਾਲ ਪਹਿਲਾਂ 1844 ਦੇ ਵਿੱਚ ਡੋਗਰੀਆਂ ਦੀ ਸਿੱਖ ਫੌਜ ਵੱਲੋਂ ਆਪਣੇ ਹੀ ਹਜ਼ਾਰਾਂ ਸਿੱਖ ਭਰਾਵਾਂ ਦਾ ਕਤਲੇਆਮ ਕਰਨ ਦੇ ਪਛਤਾਤਾ ਵਜੋਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਛਤਾਤਾ ਦਿਵਸ ਮਨਾਇਆ ਗਿਆ ਇਸ ਮੌਕੇ ਸਿੱਖ ਸਾਬਕਾ ਗਿਆਨੀ ਹਰਪ੍ਰੀਤ ਸਿੰਘ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਸਾਫ ਦਾ ਜਥੇਦਾਰ ਭਾਈ ਜਸਪੀਰ ਸਿੰਘ ਰੋਡੇ ਅਤੇ ਸੰਤ ਜਗਜੀਤ ਸਿੰਘ ਹਰਖਵਾਲ ਨੇ ਸਿੱਖ ਸੰਗਤਾਂ ਦੇ ਨਾਲ ਇਸ ਕਤਲੇਆਮ ਦਾ ਖੂਨੀ ਇਤਿਹਾਸ ਸਾਂਝਾ ਕਰਦਿਆਂ ਮੌਜੂਦਾ ਦੌਰ 'ਚ ਵੀ ਸਿੱਖਾਂ ਨੂੰ ਭਰਾ ਮਾਰੂ ਜੰਗ ਤੋਂ ਬਚਣ ਦੀ ਅਪੀਲ ਕੀਤੀ। ਇਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਜੰਮੂ ਕਸ਼ਮੀਰ ਤੇ ਰਾਜਸਥਾਨ 'ਚ ਕੇਂਦਰ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਅਣਦੇਖੀ ਕਰਨ ਦੀ ਵੀ ਨਿੰਦਿਆ ਕਰਦਿਆਂ ਸਮੂਹ ਸਿੱਖਾਂ ਤੇ ਪੰਜਾਬੀਆਂ ਨੂੰ ਇਸ ਪ੍ਰਤੀ ਸੁਚੇਤ ਹੋਣ ਦੀ ਅਪੀਲ ਕੀਤੀ ਹੈ। ਇਸ ਮੁੱਖ ਵੱਖ-ਵੱਖ ਸੰਪਰਦਾਵਾਂ ਨਾਲ ਸੰਬੰਧਿਤ ਸੰਤ ਮਹਾਪੁਰਸ਼ ਅਤੇ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ ਪੰਜਾਬੀ ਸਟੇਜਾਂ ਦੇ ਮਸ਼ਹੂਰ ਐਂਕਰ ਅਤੇ ਗਾਇਕ ਮਨਜੀਤ ਜੀਤੀ ਛੋਕਰਾਂ ਦੀ ਸ਼ਨੀਵਾਰ ਸਵੇਰੇ ਅਚਾਨਕ ਮੌਤ ਹੋ ਗਈ ਮਿਲੀ ਜਾਣਕਾਰੀ ਮੁਤਾਬਕ ਮਨਜੀਤ ਜੀਤੀ ਹਰ ਰੋਜ਼ ਰੋਜ਼ਾਨਾ ਦੀ ਤਰ੍ਹਾਂ ਸਵੇਰ ਦੀ ਸੈਰ ਲਈ ਸਾਈਕਲ ਤੋਂ ਘਰੋਂ ਨਿਕਲੇ ਸਨ ਕਿ ਰਸਤੇ 'ਚ ਮੁਕੰਦpur ਨੇੜੇ ਸਥਿਤ ਰਾਧਾ ਸਵਾਮੀ 사ਸੰਗ ਕਾਰਕੋਲ ਪੁੱਜ ਕੇ ਉਹਨਾਂ ਦੀ ਤਬੀਤ ਅਚਾਨਕ ਖਰਾਬ ਹੋ ਗਈ ਤੇ ਉੱਥੇ ਉਹਨਾਂ ਨੂੰ ਹਾਰਟ ਅਟੈਕ ਆ ਗਿਆ ਕੁਝ ਦੋਸਤਾਂ ਵੱਲੋਂ ਉਹਨਾਂ ਨੂੰ ਮੁਕੰਦpur ਦੇ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ ਪਰ ਡਾਕਟਰਾਂ ਨੇ ਉੱਥੇ ਪੁੱਜਦੇ ਹੀ ਮਨਜੀਤ ਜੀਤੀ ਨੂੰ ਮ੍ਰਿਤਕ ਐਲਾਨ ਦਿੱਤਾ ਦੱਸਣੇ ਹੋਏ ਕਿ ਜੀਤੀ ਛੋਕਰਾ ਨੇ ਆਪਣੇ ਅੰਦਾਜ਼ ਵਿੱਚ ਸਟੇਜ ਸਖਤਰ ਦੀ ਸੇਵਾ ਨਿਭਾਉਂਦਿਆਂ ਪੰਜਾਬ ਦੇ ਹਰ ਛੋਟੇ ਵੱਡੇ ਕਲਾਕਾਰਾਂ ਨਾਲ ਸਟੇਜ ਸਾਂਝੀ ਕੀਤੀਆਂ ਉਹਨਾਂ ਦੀ ਮੌਤ ਦੀ ਖ਼ਬਰ ਤੋਂ ਬਾਅਦ ਪੂਰੇ ਪੰਜਾਬੀ ਕਲਾਕਾਰਾਂ ਵਿੱਚ ਸੋਗ ਦਾ ਮਾਹੌਲ ਹੈ ਬਾਲੀਵੁੱਡ ਪ੍ਰਸਿੱਧ ਗਾਇਕਾ ਨੀਹਾ ਕੱਕੜ ਪਟਿਆਲਾ ਦੀ ਨੂੰ ਬੰਨਣ ਜਾ ਰਹੀ ਹੈ ਗਾयक 네하 ਕੱਕੜ ਤੇ ਪਟਿਆਲਾ ਦੇ ਰਹਿਣ ਵਾਲੇ ਗਾਇਕ ਰੋਹਨ ਪ੍ਰੀਤ ਸਿੰਘ ਵੱਲੋਂ ਆਪਣੇ ਸੋਸ਼ਲ ਮੀਡੀਆ ਖਾਤਿਆਂ ਉੱਤੇ ਪਾਈ ਗਈ ਪੋਸਟ ਤੋਂ ਬਾਅਦ ਦੋਹਾਂ ਦੇ ਜਲਦੀ ਵਿਆਹ ਦੇ ਬੰਦਨ 'ਚ ਵੱਜਣ ਦੀ ਚਰਚਾ ਸ਼ੁਰੂ ਹੋ ਚੁੱਕੀ ਹੈ। ਜਦੋਂ ਕਿ ਇਸ ਸੰਬੰਧੀ ਰੋਹਨ ਪ੍ਰੀਤ ਦੇ ਪਿਤਾ ਗੁਰਿੰਦਰ ਸਿੰਘ ਨੇ ਇਹ ਸਭ ਨੂੰ ਝਟਲਾਉਂਦੇ ਹੋਏ ਅਜਿਹੀ ਕਿਸੇ ਵੀ ਗੱਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਨੀਹਾ ਕੱਕੜ ਵੱਲੋਂ ਆਪਣੇ ਫੇਸਬੁੱਕ ਅਕਾਊਂਟ ਉੱਪਰ ਰੋਹਨ ਪ੍ਰੀਤ ਨਾਲ ਇੱਕ ਤਸਵੀਰ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਨੀਹਾ ਕੱਕੜ ਵੱਲੋਂ ਯੂ ਆਰ ਮਾਈਨ ਲਿਖਿਆ ਗਿਆ ਹੈ ਤੇ 9 ਅਕਤੂਬਰ ਦੀ ਤੜਕੇ ਸਵੇਰ ਨੀਹਾ ਕੱਕੜ ਵੱਲੋਂ ਪਾਈ ਇਸ ਪੋਸਟ ਤੇ ਬਾਲੀਵੁੱਡ ਅਤੇ ਟੀਵੀ ਦੇ ਕਈ ਸਿਤਾਰਿਆਂ ਵੱਲੋਂ ਵਧਾਈ ਦੇਣ ਦਾ ਦੌਰ ਵੀ ਸ਼ੁਰੂ ਹੋ ਚੁੱਕਿਆ ਹੈ। ਪਟਿਆਲਾ ਦੇ ਰਹਿਣ ਵਾਲੇ ਗਾਇਕ ਰੋਹਨ ਪ੍ਰੀਤ ਸਿੰਘ ਵੱਲੋਂ ਵੀ ਸ਼ੁੱਕਰਵਾਰ ਦੀ ਸਵੇਰ ਨੀਹਾ ਕੱਕੜ ਦੇ ਨਾਲ ਆਪਣੀ ਇੱਕ ਤਸਵੀਰ ਸੋਸ਼ਲ ਮੀਡੀਆ ਅਕਾਊਂਟ ਉਤੇ ਸਾਂਝੀ ਕੀਤੀ ਗਈ ਹੈ ਜਿਸ ਉਤੇ ਰੋਹਨ ਪ੍ਰੀਤ ਨੇ ਲਿਖਿਆ ਹੈ ਮੀਟ ਮਾਈ ਜ਼ਿੰਦਗੀ ਦੋਹਾ ਵੱਲੋਂ ਸੋਸ਼ਲ ਮੀਡੀਆ ਅਕਾਊਂਟ ਉੱਤੇ ਪਾਈਆਂ ਗਈਆਂ ਪੋਸਟਾਂ ਨੂੰ ਉਹਨਾਂ ਦੇ ਵਿਆਹ ਦਾ ਰਸਮੀ ਐਲਾਨ ਦੱਸਿਆ ਜਾ ਰਿਹਾ ਹੈ ਹਾਲਾਂਕਿ ਇਸ ਸੰਬੰਧੀ ਗਾਇਕ ਰੋਹਨਪ੍ਰੀਤ ਸਿੰਘ ਨਾਲ ਕੋਈ ਗੱਲ ਨਹੀਂ ਹੋਈ ਜਦਕਿ ਉਸਦੇ ਪਿਤਾ ਗੁਰਿੰਦਰ ਸਿੰਘ ਨੇ ਅਜੇ ਹੀ ਕੋਈ ਵੀ ਜਾਣਕਾਰੀ ਨਾ ਹੋਣ ਦੀ ਗੱਲ ਕਹੀਏ ਖਬਰਾਂ ਦਾ ਸਿਲਸਲਾ ਇਸੇ ਤਰ੍ਹਾਂ ਬਣਿਆ ਰਹੇਗਾ ਫਿਲਹਾਲ ਸਮਾਂ ਹੋ ਚੁੱਕਾ ਇੱਕ ਛੋਟੀ ਜੀ ਬ੍ਰੇਕ ਦਾ ਪੰਜਾਬ ਮੈਨ ਯੂਐਸਏ ਚੈਨਲ ਦਾ ਸ਼ਾਨਦਾਰ ਉਪਰਾਲਾ अमेरिका दी की इमीग्रेशन पॉलिसी च लेटेस्ट की चल रहा है अमेरिका की सियासत कि रंग बदल रही है ये सब जानने ले वेखो पंजाब मेल यूएसए चैनल का स्पेशल शो यूएस इमीग्रेशन एंड पॉलिटिक्स विद अटॉर्नी एट लॉ जसप्रीत सिंह ਰੇਕ ਤੋਂ ਬਾਅਦ ਪਰ ਫੇ ਸਵਾਗਤ ਹੈ ਪੰਜਾਬ ਮੇਲ ਖਬਰਾਂ ਦੇ ਵਿੱਚ ਯੂਟਿਊਬ ਵਿਲਾ ਨੂੰ ਬਿਜਲੀ ਦੀ ਸਪਲਾਈ ਪੂਰੀ ਨਾ ਮਿਲਣ ਕਾਰਨ ਖੇਤਾ ਵਿੱਚ ਤਿਆਰ ਖੜੀ ਚੋਨੇ ਦੀ ਫਸਲ ਜੋ ਖਰਾਬ ਹੋ ਰਹੀਏ ਦੇ ਰੋਸ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਹਲਕਾ ਫਲੋਰ ਦੇ ਇੰਚਾਰਜ ਜਸਵੀਰ ਸਿੰਘ ਕਮਾਲਪੁਰ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਕਿਸਾਨਾਂ ਨੇ ਬਿਜਲੀ ਦਫ਼ਤਰ ਗੁਰਾਇਆਂ ਦੇ ਬਾਹਰ ਤਰਨਾ ਦਿੰਦੇ ਹੋਏ ਬਿਜਲੀ ਦਫ਼ਤਰ ਦੇ ਗੇਟ ਨੂੰ ਜਿੰਦਾ ਲਗਾ ਦਿੱਤਾ ਹਾਲਾਂਕਿ ਕਿਸਾਨਾਂ ਵੱਲੋਂ ਕੰਮ ਕਰਾਉਣ ਲਈ ਦਫ਼ਤਰ ਆਏ ਲੋਕਾਂ ਨੂੰ ਪਹਿਲਾਂ ਹੀ ਕੰਮ ਕਰਵਾ ਕੇ ਬਾਹਰ ਰੌਣ ਲਈ ਕਹਿ ਦਿੱਤਾ ਗਿਆ ਸੀ ਅਤੇ ਆਪਣੇ ਵਾਹਨ ਵੀ ਬਾਹਰ ਕੱਢਣ ਲਈ ਕਿਹਾ ਗਿਆ ਸੀ ਪਰ ਫਿਰ ਵੀ ਕੁਝ ਲੋਕ ਅੰਦਰ ਫਸ ਗਏ ਇਸ ਤੋਂ ਇਲਾਵਾ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਜੋ ਬਾਹਰ ਸੀ ਉਹ ਬਾਹਰ ਰਹੇਗੇ ਅਤੇ ਜੋ ਅੰਦਰ ਸੀ ਉਹ ਅੰਦਰ ਹੀ ਫਸ ਗਏ ਇਸ ਸਬੰਧੀ ਜਾਣਕਾਰੀ ਦਿੰਦੇ ਹੋ ਜਸਵੀਰ ਸਿੰਘ ਕਮਾਲਪੁਰ ਨੇ ਕਿਹਾ ਕਿ ਝੋਨੇ ਦੀ ਫਸਲ ਦੌਰਾਨ ਪਹਿਲਾਂ 3 ਮਹੀਨੇ ਵਿਭਾਗ ਨੇ ਉਹਨਾਂ ਨੂੰ ਬਿਜਲੀ ਦੀ ਸਪਲਾਈ ਸੁਚਾਰੂ ਢੰਗ ਨਾਲ ਦਿੱਤੀ جس ਲਈ انہوں نے ਵਿਭਾਗ ਦਾ ਧੰਨਵਾਦ ਵੀ ਕੀਤਾ ਪਰ ਜਦੋਂ ਹੁਣ ਫਸਲ ਤਿਆਰ ਹੋਣ ਤੇ ਆਈ ਹੈ ਵਿਭਾਗ ਦੇ ਵੱਲੋਂ 8 ਘੰਟੇ ਦੀ ਬਜਾਏ ਮਾਤਰ 2 ਘੰਟੇ بجلی ਦੀ ਸਪਲਾਈ ਦਿੱਤੀ ਜਾ ਰਹੀ ਹੈ ਉਹਨਾਂ ਕਿਹਾ ਕਿਸ ਤਰ੍ਹਾਂ ਦੇ ਤੋਂ ਪਹਿਲਾਂ ਵੀ ਉਹ ਆਪਣੀ ਸਮੱਸਿਆ ਨੂੰ ਲੈ ਕੇ ਐਕਸ਼ਨ ਗੁਰਾਇਆ ਹਰਦੀਪ ਸਿੰਘ ਨਾਲ ਮਿਲ ਚੁੱਕੇ ਨੇ ਪਰ ਉਹਨਾਂ ਨੇ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਉਹਨਾਂ ਕਿਹਾ ਕਿ ਅਸੀਂ ਬਿਜਲੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਚਾਹੇ ਉਹ ਪਿੰਡ ਦੇ ਘਰਾਂ ਦੀ ਬਿਜਲੀ ਦੀ ਸਪਲਾਈ ਨੂੰ 4 ਘੰਟੇ ਬੰਦ ਕਰਕੇ ਮੋਟਰਾਂ ਦੀ ਸਪਲਾਈ ਨੂੰ 20 ਅਕਤੂਬਰ ਤੱਕ ਸੂਚਾਰੂ ਢੰਗ ਨਾਲ 8 ਘੰਟੇ ਦੇਣ। ਉਹਨਾਂ ਕਿਹਾ ਕਿ ਉੱਥੇ ਹੀ ਸਰਕਾਰ ਕਿਸਾਨਾਂ ਨੂੰ ਆਪਸ ਵਿੱਚ ਉਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਿਸਾਨਾਂ ਦੇ ਖੇਤੀ ਵੱਲੋਂ ਆਰਡੀਨੈਂਸ ਦੇ ਖਿਲਾਫ ਲਗਾਤਾਰ ਰੇਲ ਟ੍ਰੈਕ ਰੋਕਿਆ ਹੋਇਆ ਹੈ ਅਤੇ ਹੁਣ ਸਰਕਾਰ ਕੋਇਲਾ ਨਾ ਹੋਣ ਦੀ ਗੱਲ ਕਹਿ ਰਹੀ ਹੈ ਕਿ ਟ੍ਰੇਨਾਂ ਨਹੀਂ ਚੱਲ ਰਹੀਆਂ ਜਿਸ ਕਾਰਨ ਕੋਇਲਾ ਨਹੀਂ ਆ ਰਿਹਾ ਅਤੇ ਬਿਜਲੀ ਦੀ ਸਪਲਾਈ ਪੂਰੀ ਨਹੀਂ ਹੋ ਪਾਰੀ। ਉਹਨਾਂ ਨੇ ਕਿਹਾ ਕਿ ਕੀ ਕੱਲੇ ਕਿਸਾਨਾਂ ਦੇ ਲਈ ਸਪਲਾਈ ਪੂਰੀ ਨਹੀਂ ਹੋ ਪਾਰੀ? ਕਾਰਖਾਨਿਆਂ ਵਿੱਚ ਬਿਜਲੀ ਦੀ ਸਪਲਾਈ ਕਿੱਦਾਂ ਪੂਰੀ ਹੋ ਰਹੀ ਹੈ ਪੱਛਮੀ ਬੰਗਾਲ ਦੀ ਹਾਵੜਾ ਵਿੱਚ ਭਾਜਪਾ ਦੀ ਰੈਲੀ ਦੌਰਾਨ ਇੱਕ ਸਿੱਖ ਵਿਅਕਤੀ ਉੱਤੇ ਪੁਲਿਸ ਵੱਲੋਂ ਹਮਲਾ ਕੀਤੇ ਜਾਣ ਅਤੇ ਉਸ ਦੀ ਪਗੜੀ ਖਿੱਚੇ ਜਾਣ ਦਾ ਮਾਮਲਾ ਗਰਮਾ ਗਿਆ ਹੈ ਭਾਜਪਾ ਨੇ ਤ੍ਰੇਂਮੂਲ ਕਾਂਗਰਸ ਉੱਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਉਕਤ ਸਿੱਖ ਵਿਅਕਤੀ ਦੇ ਹੱਥ ਵਿੱਚ ਪਿਸਤੌਲ ਸੀ ਅਤੇ ਉਸ ਦੀ ਪਗੜੀ ਝੜਪ ਦੌਰਾਨ ਖੁਦ ਹੀ ਡਿੱਗ ਗਈ ਸੀ ਭਾਰਤੀ ਨਾਗਰਿਕਾਂ ਤੇ ਇਕਾਈਆਂ ਦੇ ਸਵਿਸ ਬੈਂਕ ਖਾਤਿਆਂ ਦੀ ਦੂਜੀ ਲਿਸਟ ਭਾਰਤ ਨੂੰ ਮਿਲ ਗਈ ਹੈ ਸਵਿਟਜ਼ਰਲੈਂਡ ਨਾਲ ਜਾਣਕਾਰੀ ਦੇ ਆਟੋਮੈਟਿਕ ਐਕਸਚੇਂਜ ਨੂੰ ਲੈ ਕੇ ਹੋਏ ਸਮਝੌਤੇ ਤਹਿਤ ਭਾਰਤ ਨੂੰ ਇਹ ਵੇਰਵੇ ਮਿਲੇ ਨੇ ਕਾਲੇ ਧਨ ਖਿਲਾਫ ਸਰਕਾਰ ਦੀ ਲੜਾਈ ਵਿੱਚ ਇਸ ਨੂੰ ਅਹਿਮ ਪ੍ਰਾਪਤੀ ਦੇ ਤੌਰ ਤੇ ਵੇਖਿਆ ਜਾ ਸਕਦਾ ਹੈ ਸਵਿਟਜ਼ਰਲੈਂਡ ਦੇ ਫੈਡਰਲ ਟੈਕਸ ਐਡਮਿਨਿਸਟ੍ਰੇਸ਼ਨ ਨੇ ਇਸ ਸਾਲ ਆਟੋਮੈਟਿਕ ਐਕਸਚੇਂਜ ਆਫ ਇਨਫੋਰਮੇਸ਼ਨ ਫਰੇਮ ਤਹਿਤ ਭਾਰਤ ਸਮੇਤ 86 ਦੇਸ਼ਾਂ ਨੂੰ ਵਿੱਤੀ ਖਾਤਿਆਂ ਨਾਲ ਜੁੜੇ ਵੇਰਵੇ ਸਾਂਝੇ ਕੀਤੇ ਨੇ ਭਾਰਤ ਨੇ AEoI ਤਹਿਤ ਸਤੰਬਰ 2019 ਵਿੱਚ ਪਹਿਲੀ ਵਾਰ ਸਵਿਸ ਖਾਤਿਆਂ ਨਾਲ ਜੁੜੇ ਵੇਰਵੇ ਹਾਸਲ ਹੋਏ ਸਨ ਉਸ ਸਮੇਂ ਸਵਿਸ ਐਫਟੀਏ ਨੇ 75 ਦੇਸ਼ਾਂ ਨਾਲ ਇਹ ਵੇਰਵੇ ਸ਼ੇਅਰ ਕੀਤੇ ਸਨ ਐਫਟੀਏ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਨਫੋਰਮੇਸ਼ਨ ਐਕਸਚੇਂਜ ਤਹਿਤ ਇਸ ਸਾਲ 31 ਲੱਖ ਵਿਤੀ ਖਾਤਿਆਂ ਦੀ ਜਾਣਕਾਰੀ ਦਿੱਤੀ ਗਈ ਹੈ ਪਿਛਲੇ ਸਾਲ ਵੀ ਲਗਭਗ ਇੰਨੇ ਹੀ ਖਾਤਿਆਂ ਦੀ ਜਾਣਕਾਰੀ ਐਫਟੀਏ ਵੱਲੋਂ ਦਿੱਤੀ ਗਈ ਸੀ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦੇ ਦੇਹਾਂਤ ਤੋਂ ਬਾਅਦ ਹੁਣ ਉਨ੍ਹਾਂ ਦੇ ਮੰਤਰਾਲੇ ਦਾ ਵਾਧੂ ਕਾਰਜਪਰ ਪਿਯੂਸ਼ ਗੋਇਲ ਨੂੰ ਸੌਂਪ ਦਿੱਤਾ ਗਿਆ ਹੈ ਸ਼ੁੱਕਰਵਾਰ ਨੂੰ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੂੰ ਰਾਸ਼ਟਰਪਤੀ ਵੱਲੋਂ ਖਪਤਕਾਰ ਮਾਮਲਿਆਂ ਖੁਰਾਕ ਤੇ ਜਨਤਕ ਵੰਡ ਮੰਤਰਾਲੇ ਦਾ ਵਾਧੂ ਕਾਰਜਕਾਰ ਚਾਰ ਸੌਪਿਆ ਗਿਆ ਰਾਸ਼ਟਰਪਤੀ ਦੇ ਦਫ਼ਤਰ ਦੀ ਪ੍ਰੈਸ ਰਿਲੀਜ਼ ਅਨੁਸਾਰ ਗੋਇਲ ਆਪਣੇ ਮੌਜੂਦਾ ਵਿਭਾਗਾਂ ਤੋਂ ਇਲਾਵਾ ਇਸ ਮੰਤਰਾਲੇ ਦਾ ਕਾਰਜਭਾਰ ਵੀ ਸੰਭਾਲਣਗੇ ਗੋਇਲ ਮੰਤਰੀ ਮੰਡਲ 'ਚ ਰੇਲ ਅਤੇ ਵਣਜ ਉਦਯੋਗ ਮੰਤਰੀ ਹਨ ਉਹ ਮਹਿਰੂਮ ਕੇਂਦਰੀ ਮੰਤਰੀ ਰਾਮ ਬਿਲਾਸ ਪਾਸਵੰਦ ਦੀ ਜਗ੍ਹਾ ਲੈ ਰਹੇ ਨੇ ਜਿਨ੍ਹਾਂ ਦਾ ਵੀਰਵਾਰ ਨੂੰ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ বিহার ਦੇ ਰਹਿਣ ਵਾਲੇ 74 ਸਾਲਾ ਪਾਸਵਾਨ ਨੇ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਆਪਣੇ ਆਖਰੀ ਸਾਲ ਏ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਲਈ ਜਹਾਜ਼ ਖਰੀਦੇ ਜਾਣ ਨੂੰ ਲੈ ਕੇ ਨਰਿੰਦਰ ਮੋਦੀ ਉੱਤੇ ਸ਼ਨੀਵਾਰ ਨੂੰ ਇੱਕ ਵਾਰ ਫੇਰ ਹਮਲਾ ਬੋਲਿਆ ਰਾਹੁਲ ਨੇ ਇੱਕ ਵੀਡੀਓ ਸਾਂਝੀ ਕਰਕੇ ਕਿਹਾ ਹੈ ਕਿ ਮੋਦੀ ਨੂੰ ਸਿਰਫ ਆਪਣੀ ਇਮੇਜ ਦੀ ਚਿੰਤਾ ਹੈ ਫੌਜੀਆਂ ਦੀ ਨਹੀਂ ਰਾਹੁਲ ਚੀਨ ਅਤੇ ਭਾਰਤ ਦਰਮਿਆਨ ਪਿਛਲੇ ਕਈ ਮਹੀਨਿਆਂ ਤੋਂ ਲਦਾਖ ਸਰਹੱਦ ਉੱਤੇ ਚੱਲ ਰਹੇ ਵਿਵਾਦ ਨੂੰ ਲੈ ਕੇ ਲਗਾਤਾਰ ਹਮਲਾ ਕਰ ਰਹੇ ਨੇ ਕੇਰਲ ਦੇ ਬਾਇਨਾਰ ਤੋਂ ਸੰਸਦ ਮੈਂਬਰ ਰਾਹੁਲ ਨੇ ਸ਼ਨੀਵਾਰ ਨੂੰ ਆਪਣੇ ਟਵਿੱਟਰ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ 'ਚ ਕੱਥੀ ਤੌਰ 'ਤੇ ਇੱਕ ਟਰੱਕ ਦੇ ਅੰਦਰ ਬੈਠੇ ਕੁਝ ਜਵਾਨ ਆਪਸ ਵਿੱਚ ਗੱਲ ਕਰ ਰਹੇ ਨੇ। ਉਹਨਾਂ 'ਚ ਇੱਕ ਜਵਾਨ ਇਹ ਕਹਿੰਦਾ ਕਿ ਨਾਨ ਬੁਲੇਟ ਪ੍ਰੂਫ ਗੱਡੀ 'ਚ ਪੇਚ ਕੇ ਸਾਡੀ ਜਾਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਰਾਹੁਲ ਨੇ ਵੀਡੀਓ ਨਾਲ ਟਵੀਟ 'ਚ ਲਿਖਿਆ ਹੈ ਕਿ ਸਾਡੇ ਜਵਾਨਾਂ ਨੂੰ ਨੋਨ ਬੁਲੇਟ ਪ੍ਰੂਫ ਟਰੱਕਾਂ 'ਚ ਸ਼ਹੀਦ ਹੋਣ ਲਈ ਭੇਜਿਆ ਜਾ ਰਿਹਾ ਅਤੇ ਪੀਐਮ ਲਈ 84 ਕਰੋੜ ਦੇ ਹਵਾਈ ਜਹਾਜ਼। ਰਾਹੁਲ ਨੇ ਵੀਰਵਾਰ ਨੂੰ ਵੀ ਪ੍ਰਧਾਨ ਮੰਤਰੀ ਲਈ ਜਹਾਜ਼ ਖਰੀਦਣ ਉੱਤੇ ਨਿਸ਼ਾਨਾ ਸਾਧਿਆ ਸੀ ਅਤੇ ਕਿਹਾ ਸੀ ਕਿ ਪੀਐਮ ਨੂੰ ਸਿਰਫ ਆਪਣੀ ਅਕਸ ਦੀ ਫਿਕਰ ਹੈ। ਉਹਨਾਂ ਨੇ ਕਿਹਾ ਕਿ ਪੀਐਮ ਨੇ ਆਪਣੇ ਲਈ 8400 ਕਰੋੜ ਦਾ ਹਵਾਈ ਜਹਾਜ਼ ਖਰੀਦਿਆ। NHC ਸੀਆਚਿਨ ਲਦਾਖ ਸਰਹੱਦ ਉਤੇ ਤਾਇਨਾਤ ਸਾਡੇ ਜਵਾਨਾਂ ਲਈ ਕਿੰਨਾ ਕੁਝ ਖਰੀਦਿਆ ਜਾ ਸਕਦਾ ਸੀ ਰਾਹੁਲ ਗਾਂਧੀ ਨੇ ਕਿਹਾ ਕਿ ਪੀਐਮ ਮੋਦੀ ਨੂੰ ਸਿਰਫ ਸਿਰਫ ਆਪਣੀ ਅਕਸ ਦੀ ਚਿੰਤਾ ਹੈ ਸਾਡੇ ਫੌਜੀਆ ਭਰਾਵਾਂ ਦੀ ਨਹੀਂ ਇਹਨਾਂ ਅੱਜ ਦੀਆਂ ਖਾਸ ਖਬਰਾਂ ਹੋਰ ਖਬਰਾਂ ਲਈ ਤੁਸੀਂ ਵੇਖਦੇ ਰਹੋ ਪੰਜਾਬ ਮੇਲ ਯੂਐਸਏ ਟੀਵੀ